ਜਦੋਂ ਮੈਂ ਬਾਜ਼ਾਰ ਜਾਂਦੀ ਸੀ ਤਾਂ ਉੱਥੇ ਲੋਕਾਂ ਨੇ ਯਾਨੀ ਮੈਨੂੰ ਦੇਖ ਕੇ ਹੈਰਾਨ ਹੋਣਾ, ਕਿਉਂਕਿ ਸਿਰ ਉੱਪਰ ਦਾੜੀ ਵੀ ਸੀ ਅਤੇ ਮੇਰਾ ਪਹਿਰਾਵਾ ਵੀ ਸੂਟ ਵਾਲਾ ਸੀ। 2012 ਦੇ ਵਿੱਚ ਮੇਰੀ ਮੈਰਿਜ ਹੋਈ ਸੀ, ਜਿੱਥੇ ਮੇਰੇ ਸਿਰਠੋਡੀ ਦੇ ਉੱਤੇ ਹਲਕੇ ਹਲਕੇ ਰੋਮ ਆ ਰਹੇ ਸੀ, ਅਤੇ ਉਹੀ ਵਜ੍ਹਾ ਬਣੀ ਮੇਰੀ ਮੈਰਿਜ ਟੁੱਟਣ ਦੀ। ਅਤੇ ਮੇਰੇ ਸਹੁਰੇ ਪਰਿਵਾਰ ਵੱਲੋਂ ਇਹੀ ਆਖਿਆ ਗਿਆ ਕਿ ਅਸੀਂ ਤੁਹਾਡੇ ਇਸ ਸਰੂਪ ਦੇ ਨਾਲ, ਜੋ ਤੁਹਾਡੇ ਚਿਹਰੇ ਦੇ ਉੱਤੇ ਵਾਲ ਆਉਂਦੇ, ਅਸੀਂ ਅੱਗੇ ਜੀਵਨ ਨਹੀਂ ਨਿਭਾ ਸਕਦੇ। ਬੁਲਟ ਜਦੋਂ ਵੀਰ ਜੀ ਬੁਲਟ ਲੈ ਕੇ ਆਏ ਸੀ ਤਾਂ ਯਾਨੀ ਮਨ ਦੇ ਵਿੱਚ ਸੀ ਕਿ ਹੁਣ ਇਹੀ ਰਹਿ ਗਿਆ ਚਲਾਉਣ ਵਾਲਾ, ਅਤੇ ਫਿਰ ਮੈਂ ਯਾਨੀ ਇੱਕ ਵਾਰੀ ਮੈਨੂੰ ਉਹਨਾਂ ਨੇ ਯਾਨੀ ਸਮਝਾਤਾ ਸੀ, ਅਤੇ ਇਹਨਾਂ ਦੇ ਆਉਂਦਿਆਂ ਨੂੰ ਕਿਤੇ ਗਏ ਹੋਏ ਸੀ, ਇਹਨਾਂ ਦੇ ਆਉਂਦਿਆਂ ਨੂੰ ਯਾਨੀ ਮੈਂ ਸਾਹਮਣੇ ਗਰਾਊਂਡ ਦੇ ਵਿੱਚ ਬੁਲਟ ਚਲਾ ਰਹੀ ਸੀ, ਅਤੇ ਬਹੁਤ ਖੁਸ਼ ਹੋਏ। ਅਤੇ ਉਹ ਦਿਨ ਮੈਨੂੰ ਬਹੁਤ ਬਹੁਤ ਵਧੀਆ ਲੱਗਿਆ ਕਿ ਇੱਕ ਵੱਖਰੀ ਜੀ ਉਹਦੇ ਵਿੱਚ ਆਨੰਦ ਆਉਂਦਾ ਬੁਲਟ ਚਲਾਉਣ ਦਾ, ਅਤੇ ਮੈਨੂੰ ਅੱਜ ਬਹੁਤ ਸ਼ੌਂਕ ਆ, ਜਿੱਥੇ ਜਾਈਦਾ ਮੈਂ ਬੁਲਟ ਚਲਾ ਕੇ ਜਾਂਦੀ ਹਾਂ। ਅਤੇ ਪਰਿਵਾਰ ਦੇ ਵਿੱਚ ਮੈਨੂੰ ਯਾਨੀ ਅੱਜ ਮੈਨੂੰ ਲੜਕੀ ਨੇ ਮੈਨੂੰ ਮੇਰੀ ਮਾਂ ਮੇਰੀ ਮਾਤਾ ਜੀ ਮੈਨੂੰ ਆਪਣਾ ਲੜਕਾ ਹੀ ਸਮਝਦੇ, ਮੇਰੇ ਵੀਰ ਜੀ ਮੈਨੂੰ ਆਪਣੀ ਯਾਨੀ ਭੈਣ ਨਹੀਂ ਮੈਨੂੰ ਆਪਣਾ ਬ੍ਰਦਰ ਹੀ ਮੰਨਦੇ ਨੇ। ਅਤੇ ਜਿੱਥੇ ਵੀ ਅਸੀਂ ਜਾਂਦੇ ਹਾਂ ਦੋਨੇ ਇਕੱਠੇ ਜਾਂਦੇ ਹਾਂ, ਅਸੀਂ ਕੰਮ ਕਾਰ ਵੀ ਜੋ ਵੀ ਕਰਦੇ ਹਾਂ ਅਸੀਂ ਇੱਕ ਦੂਜੇ ਦੀ ਸਲਾਹ ਦੇ ਨਾਲ ਹੀ ਕਰਦੇ ਹਾਂ, ਅਤੇ ਮੈਨੂੰ ਇਸ ਚੀਜ਼ ਦੇ ਵਿੱਚ ਬਹੁਤ